ਪੰਛੀ ਪ੍ਰੇਮੀ ਨੇ ਆਪਣੇ ਖੇਤ ਦੇ ਵਿੱਚ ਪੰਛੀਆਂ ਦੇ ਲਈ ਸਪੈਸ਼ਲ ਲੰਗਰ ਲਗਾ ਦਿੱਤਾ। ਅਚਾਨਕ ਮੇਰੇ ਦਿਮਾਗ ਇਹ ਚੀਜ਼ ਆਈ, ਇਹ ਵਾਲਾ ਕੰਸੈਪਟ ਮੈਂ ਬਾਜਰਾ 'ਤੇ ਬੀਜਿਆ ਸੀ ਇਹ ਪਕਾ ਕੇ ਪੰਛੀਆਂ ਨੂੰ ਪਾਉਣ ਦੇ ਲਈ, ਪਰ ਹੁਣ ਨੈਚੁਰਲੀ ਕੁਦਰਤੀ ਤੌਰ 'ਤੇ ਪੰਛੀ ਇਹਦੇ ਉੱਪਰ ਬਹਿ ਕੇ ਪੈਰਟ, ਚਿੜੀਆਂ, ਹੋਰ ਵੱਖ ਵੱਖ ਤਰ੍ਹਾਂ ਦੀਆਂ ਪ੍ਰਜਾਤੀਆਂ ਕੁਦਰਤੀ ਤਰੀਕੇ ਨਾਲ ਫੂਡ ਲੈ ਰਹੀਆਂ ਨੇ। ਮੈਂ ਹੁਣ ਤੱਕ 20,000 ਤੋਂ ਵੱਧ ਮਿੱਟੀ ਦਾ ਕਟੋਰਾ ਪਿੰਡਾਂ ਸ਼ਹਿਰਾਂ 'ਚ ਜਾ ਕੇ ਵੰਡ ਚੁੱਕਿਆ। ਪਿਛਲੇ 2 ਤੋਂ 3 ਦਹਾਕਿਆਂ ਦੇ ਵਿੱਚ ਸਾਡੇ ਵਾਤਾਵਰਨ ਦੇ ਵਿੱਚ ਪੰਛੀ ਬਹੁਤ ਘੱਟ ਗਏ, ਕਿਉਂਕਿ ਪੰਛੀਆਂ ਦੇ ਰਹਿਣ ਦੇ ਲਈ ਅਸੀਂ ਜਗਾਵਾਂ ਨਹੀਂ ਛੱਡ ਰਹੇ, ਪੰਛੀਆਂ ਦੇ ਪੀਣ ਦੇ ਲਈ ਅਸੀਂ ਕੁਦਰਤੀ ਪਾਣੀ ਦੇ ਸੋਮਿਆਂ ਨੂੰ ਖਤਮ ਕਰਦੇ ਜਾਂਦੇ ਹਾਂ। ਪਰ ਅੱਜ ਤੁਹਾਨੂੰ ਚੱਠਾ ਨਨਹੇੜਾ ਪਿੰਡ ਦੇ ਵਿੱਚ ਲੈ ਕੇ ਆਇਆ, ਜਿੱਥੇ ਇੱਕ ਪੰਛੀ ਪ੍ਰੇਮੀ ਨੇ ਆਪਣੇ ਖੇਤ ਦੇ ਵਿੱਚ ਪੰਛੀਆਂ ਦੇ ਲਈ ਸਪੈਸ਼ਲ ਲੰਗਰ ਲਗਾ ਦਿੱਤਾ। ਤਸਵੀਰਾਂ ਦੇਖ ਸਕਦੇ ਹੋ, ਆਪਣੇ ਖੇਤ ਦੀ ਜ਼ਮੀਨ ਦੇ ਵਿੱਚ ਇੱਕ ਪੰਛੀ ਪ੍ਰੇਮੀ ਕਿਸਾਨ ਨੇ ਸਪੈਸ਼ਲ ਪੰਛੀਆਂ ਦੇ ਲਈ ਜਿਹੜਾ ਹੈਗਾ ਬਾਜਰਾ ਬੀਜ ਦਿੱਤਾ, ਪੰਛੀਆਂ ਦੇ ਸਪੁਰਦ ਕਰ ਦਿੱਤਾ, ਜਿੱਥੇ ਸਵੇਰੇ ਸ਼ਾਮ ਵੱਡੀ ਗਿਣਤੀ ਦੇ ਵਿੱਚ ਤੋਤੇ, ਚਿੜੀਆਂ, ਹਰ ਤਰੀਕੇ ਦੇ ਜਿਹੜੇ ਪੰਛੀ ਹੈਗੇ ਨੇ ਬਾਜਰਾ ਦਾ ਜਿਹੜਾ ਚੋਗਾ ਉਹ ਖਾਣ ਦੇ ਲਈ ਆਉਂਦੇ ਨੇ। ਕੁਦਰਤੀ ਤਰੀਕੇ ਦੇ ਨਾਲ ਉਹਨਾਂ ਨੂੰ ਖਾਣਾ ਜਿਹੜਾ ਹੈਗਾ ਪੰਛੀ ਪ੍ਰੇਮੀ ਲਛਮਣ ਸਿੰਘ ਚੱਠਾ ਦੇ ਰਹੇ ਨੇ, ਵੱਡੀ ਗਿਣਤੀ ਦੇ ਵਿੱਚ ਆਲ੍ਹਣੇ ਵੀ ਲਗਾ ਰਹੇ ਨੇ। ਗੱਲਬਾਤ ਕਰਦੇ ਹਾਂ ਕਿ ਇਹ ਦਿਮਾਗ ਦੇ ਵਿੱਚ ਆਇਆ ਕਿਵੇਂ ਕਿ ਪੰਛੀਆਂ ਨੂੰ ਆਪਣੇ ਖੇਤ ਦੇ ਵਿੱਚ ਫ੍ਰੀ ਦਾ ਲੰਗਰ ਲਗਾ ਕੇ ਦਿੱਤਾ ਜਾਵੇ। ਚੱਠਾ ਜੀ, ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਖੇਤ ਦੇ ਵਿੱਚ ਬਾਜਰਾ ਬੀਜ ਰੱਖਿਆ, ਵੱਡੀ ਗਿਣਤੀ ਜਿਹੜੇ ਪੰਛੀ ਨੇ ਕਿਤੇ ਨਾ ਕਿਤੇ ਚੋਗਾ ਚੁਗਣ ਦੇ ਲਈ ਆ ਰਹੇ ਨੇ, ਇਹ ਸੋਚਿਆ ਕਿਵੇਂ ਕਿ ਜਿਹੜਾ ਲੰਗਰ ਆ ਇਹ ਇਸ ਤਰੀਕੇ ਨਾਲ ਲੰਗਰ ਦੇ ਵਾਂਗੂ ਜਿਹੜਾ ਹੈਗਾ ਪੰਛੀਆਂ ਦੇ ਲਈ ਬਾਜਰਾ ਬੀਜ ਦੋ ਖੇਤ ਦੇ ਵਿੱਚ? ਦੇਖੋ ਜੀ, ਸਾਡੀਆਂ ਜਿਹੜੀਆਂ ਵਿਰਾਸਤੀ ਫਸਲਾਂ ਸੀ, ਇਹ ਬਾਜਰਾ ਸਾਡੀ ਵਿਰਾਸਤੀ ਫਸਲ ਆ। ਪਹਿਲੇ ਸਮੇਂ 'ਚ ਬਾਜਰਾ ਬਹੁਤ ਲੋਕ ਬੀਜਦੇ ਹੁੰਦੇ, ਜੋ ਅਸੀਂ ਨਿੱਕੇ ਨਿੱਕੇ ਹੁੰਦੇ ਦੇਖਦੇ, ਬਾਜਰਾ, ਜਵਾਰ, ਮੱਕੀ, ਛੋਲੇ, ਇਸ ਤਰ੍ਹਾਂ ਦੇ 15 ਤੋਂ ਵੱਧ ਫਸਲਾਂ ਬੀਜੀਆਂ ਜਾਂਦੀਆਂ ਸੀਗੀਆਂ। ਪਰ ਹੁਣ 2 ਦਹਾਕਿਆਂ ਤੋਂ ਇਹ ਚੀਜ਼ਾਂ ਫਸਲਾਂ ਨੇ ਜਿਹੜੀਆਂ ਅਲੋਪ ਹੋ ਗਈਆਂ ਸਾਡੇ ਜੀਵਨ 'ਚੋਂ, ਪੰਛੀ ਵੀ ਅਲੋਪ ਹੋ ਗਏ। ਅਚਾਨਕ ਮੇਰੇ ਦਿਮਾਗ ਇਹ ਚੀਜ਼ ਆਈ, ਇਹ ਵਾਲਾ ਕੰਸੈਪਟ ਮੈਂ ਬਾਜਰਾ 'ਤੇ ਬੀਜਿਆ ਸੀਗਾ ਇਹ ਪਕਾ ਕੇ ਪੰਛੀਆਂ ਨੂੰ ਪਾਉਣ ਦੇ ਲਈ, ਪਰ ਹੁਣ ਨੈਚੁਰਲੀ ਕੁਦਰਤੀ ਤੌਰ 'ਤੇ ਪੰਛੀ ਇਹਦੇ ਉੱਪਰ ਬਹਿ ਕੇ ਪੈਰਟ, ਚਿੜੀਆਂ, ਹੋਰ ਵੱਖ ਵੱਖ ਤਰ੍ਹਾਂ ਦੀਆਂ ਪ੍ਰਜਾਤੀਆਂ ਕੁਦਰਤੀ ਤਰੀਕੇ ਨਾਲ ਫੂਡ ਲੈ ਰਹੀਆਂ ਨੇ ਇੱਥੋਂ। ਤਾਂ ਲਛਮਣ ਜੀ, ਕਿਵੇਂ ਦੇਖਦੇ ਹੋ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ 2-3 ਦਹਾਕਿਆਂ ਤੋਂ ਪੰਛੀਆਂ ਦੀ ਗਿਣਤੀ ਘੱਟਦੀ ਜਾ ਰਹੀ ਆ, ਅਸਲ ਕਾਰਨ ਕੀ ਸਮਝਦੇ ਹੋ? ਆਪਾਂ ਜਗਾਵਾਂ ਖਤਮ ਕਰਤੀਆਂ, ਪਾਣੀ ਦੇ ਸੋਮੇ ਖਤਮ ਕਰਤੇ? ਦੇਖੋ, ਮਨੁੱਖ ਨੇ ਜੀ ਪੰਛੀਆਂ ਤੋਂ ਰਹਿਣ ਬਸੇਰੇ ਬਣਾਉਣ ਦੀਆਂ ਥਾਵਾਂ ਖੋਲੀਆਂ, ਔਰ ਪਾਣੀ ਪੀਣ ਦੇ ਜਿਹੜੇ ਉਹਨਾਂ ਦੇ ਵਿਕਲਪ ਸੀ, ਚੀਜ਼ਾਂ ਸੀ, ਜਿਵੇਂ ਛੱਪੜ ਸੀ ਪਿੰਡਾਂ ਦੇ ਵਿੱਚ, ਖੇਤੀਬਾੜੀ ਦਾ ਪਾਣੀ ਜ਼ਹਿਰੀਲਾ ਹੋ ਗਿਆ, ਉਹ ਚੀਜ਼ਾਂ ਖਤਮ ਹੋ ਗਈਆਂ। ਮੈਂ ਪਿਛਲੇ 16 ਸਾਲ ਤੋਂ ਵਾਤਾਵਰਨ ਨੂੰ ਬਚਾਉਣ ਲਈ ਐਫਰਟ ਕਰ ਰਿਹਾ, ਜਿਹਦੇ ਤਹਿਤ ਸਾਡੇ ਮਿੱਟੀ ਦੇ ਕਟੋਰੇ ਵੰਡਣ ਦਾ ਕਾਰਜ ਹੈ ਮੇਰਾ। ਮੈਂ ਹੁਣ ਤੱਕ 20,000 ਤੋਂ ਵੱਧ ਮਿੱਟੀ ਦਾ ਕਟੋਰਾ ਪਿੰਡਾਂ ਸ਼ਹਿਰਾਂ 'ਚ ਜਾ ਕੇ ਵੰਡ ਚੁੱਕਿਆ ਵੀ ਪੰਛੀਆਂ ਦੇ ਲਈ ਘਰਾਂ ਦੇ ਵਿਹੜਿਆਂ 'ਚ ਸ਼ਾਮੇ ਪਾਣੀ ਭਰ ਕੇ ਰੱਖੋ। ਨਾਲ ਸਾਡਾ ਆਲ੍ਹਣੇ ਬਣਾਉਣ ਦਾ, ਲਗਾਉਣ ਦਾ ਅਤੇ ਵੰਡਣ ਦਾ ਕਾਰਜ ਚੱਲਦਾ ਜੀ। ਸੋ ਇਹੀ ਕਾਰਨ ਹੈਗਾ ਪੰਛੀਆਂ ਦੇ ਅਲੋਪ ਹੋਣ ਦਾ। ਜਿਹੜੇ ਟਿੱਬੇ ਸੀ, ਜਿਵੇਂ ਸਾਡੇ ਵਿਰਾਸਤੀ ਰੁੱਖ ਸੀ, ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਮਨੁੱਖ ਨੇ ਉਹ ਖਤਮ ਕਰਤੀਆਂ, ਅਤੇ ਪੰਛੀ ਨੂੰ ਰਹਿਣ ਬਸੇਰੇ ਬਣਾਉਣ ਲਈ, ਬਰੀਡਿੰਗ ਲਈ ਥਾਵਾਂ ਨਹੀਂ ਮਿਲ ਰਹੀਆਂ ਹੈਗੀਆਂ, ਇੱਦਾਂ ਦਾ ਇਸ ਤਰ੍ਹਾਂ ਨੈਚੁਰਲੀ ਫੂਡ ਨਹੀਂ ਮਿਲ ਰਿਹਾ ਕਿਤੇ। ਇਹੀ ਮੈਂ ਸੋਚਿਆ ਤਾਂ ਇਹ ਸੀ ਕਿ ਪਕਾ ਕੇ ਇਹਨੂੰ ਤੋੜ ਕੇ ਵੱਖ ਵੱਖ ਪਿੰਡਾਂ 'ਚ ਜਾ ਕੇ, ਨਾਲ ਦੇ ਪਿੰਡਾਂ 'ਚ ਜਾ ਕੇ ਪਾਵਾਂਗੇ, ਪਰ ਇਹ ਪੰਛੀ ਨੈਚੁਰਲ ਇੱਥੋਂ ਆਪਣੇ ਆਪ ਫੂਡ ਲੈ ਰਹੇ ਨੇ। ਪਰ ਇਹ ਤਸਵੀਰਾਂ ਅਸੀਂ ਕਦੇ ਦੇਖੀਆਂ ਨਹੀਂ ਹੈਗੀਆਂ ਜਿਹੜੀਆਂ ਹੁਣ ਦੇਖ ਰਹੇ ਹਾਂ ਕਿ ਇੰਨੀ ਜ਼ਿਆਦਾ ਵੱਡੀ ਗਿਣਤੀ 'ਚ। ਤੋਤੇ ਤਾਂ ਆਪਣੇ ਵਾਤਾਵਰਨ 'ਚ ਹੈ ਹੀ ਨਹੀਂ ਹੁਣ, ਤੋਤੇ ਵਰਗੇ ਪੰਛੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੰਛੀ ਆਉਂਦੇ ਨੇ। ਅਸਲ 'ਚ ਮੇਰੇ ਫਾਦਰ ਸਾਹਿਬ ਹੁਣ ਮਾਰਚ ਦੇ ਵਿੱਚ ਸਵਰਗਵਾਸ ਹੋ ਗਏ ਸੀ, ਮੇਰੇ ਪਿਤਾ ਜੀ ਨਾ ਉਹਨਾਂ ਦਾ ਕਨਸੈਪਟ ਸੀ ਇਹ, ਉਹ ਇੱਦਾਂ ਕਰਦੇ ਸੀ ਕਿ ਸਰਦੀਆਂ ਦੇ ਵਿੱਚ ਬਾਜਰਾ ਲੈ ਕੇ ਨਾਲ ਮੇਰੇ ਪਿੰਡ ਸਮੇਤ ਨਾਲ ਦੇ ਪਿੰਡਾਂ 'ਚ ਧਾਰਮਿਕ ਸਥਾਨਾਂ 'ਤੇ ਅਨਾਜ ਮੰਡੀਆਂ ਦੇ ਵਿੱਚ ਜਾ ਕੇ ਉਹ ਸਰਦੀ ਸਰਦੀ ਬਾਜਰਾ ਪਾਉਂਦੇ ਸੀ। ਉਹਨਾਂ ਦਾ ਮੰਨਣਾ ਸੀ ਵੀ ਇਹ ਪੰਛੀਆਂ ਨੂੰ ਜਿਹੜਾ ਸਰਦੀਆਂ 'ਚ ਧੁੰਦ ਪੈਣ ਕਾਰਨ
ਉਹਨਾਂ ਨੂੰ ਫੂਡ ਵੀ ਨੇੜੇ ਦਿੱਤਾ ਜਾਵੇ। ਪਰ ਮੈਂ ਇਹ ਚੀਜ਼ ਲੈ ਕੇ ਆਇਆ ਨਵੀਂ ਕਿ ਮੈਂ 5 ਕਨਾਲ ਜ਼ਮੀਨ 'ਚ ਇਹ ਜਿਹੜਾ ਬਾਜਰੇ ਦੀ ਫਸਲ ਬੀਜਤੀ, ਮੈਨੂੰ ਬਹੁਤ ਵਧੀਆ ਲੱਗਿਆ। ਆਪਾਂ ਹਰ ਸਾਲ ਹੁਣ 2 ਵਾਰ ਬਾਜਰੇ ਦੀ ਫਸਲ ਬੀਜਿਆ ਕਰਾਂਗੇ। 5 ਦੀ 5 ਕਨਾਲ ਤੁਸੀਂ ਪੰਛੀਆਂ ਦੇ ਸਪੁਰਦ ਕਰਤੇ ਨੇ ਸਪੁਰਦ ਜੀ, ਹਰ ਸਾਲ 2 ਵਾਰ ਆਪਾਂ ਸਾਲ ਦੇ ਵਿੱਚ, ਅਤੇ ਮੈਂ ਜਿੰਨਾ ਕੁ ਜਾਣਕਾਰੀ ਲਈ ਹੈ ਵੀ 2 ਵਾਰ ਬਾਜਰਾ ਬੀਜਿਆ ਜਾ ਸਕਦਾ, ਆਪਾਂ 2 ਵਾਰ ਇਹਦੇ ਵਿੱਚ ਬਾਜਰਾ ਬੀਜਿਆ ਕਰਾਂਗੇ। ਕਿੱਥੇ ਤਾਂ ਅੱਜ ਦੇ ਸਮੇਂ ਅਸੀਂ ਕਿਸਾਨ ਦੇਖਦੇ ਹਾਂ ਉਹ ਵੱਟਾਂ ਵੱਢੀ ਜਾਂਦੇ ਨੇ ਕਿ ਹਾਂ ਅਸੀਂ ਖੇਤੀ 'ਚੋਂ 4 ਪੈਸੇ ਵੱਧ ਕਮਾ ਲਈਏ, ਤੁਸੀਂ ਇਹ ਪੰਛੀਆਂ ਦੇ ਸਪੁਰਦ ਕਰਤੇ 5 ਕਨਾਲ ਜੀ। ਬਿਲਕੁਲ, ਆਪਾਂ ਇਹਦੇ 'ਚ ਹਰ ਸਾਲ ਬਾਜਰਾ ਬੀਜਿਆ ਕਰਾਂਗੇ। ਕਿਵੇਂ ਦੇਖਦੇ ਹੋ ਤਾਂ ਇੱਕ ਵੱਡਾ, ਤੁਹਾਡੀ ਅਗਰ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਹੋਰ ਇਲਾਕਿਆਂ ਦੇ ਬਜਾਏ ਤੁਹਾਡੇ ਇੱਥੇ ਇਲਾਕੇ ਦੇ ਵਿੱਚ ਪੰਛੀ ਜ਼ਿਆਦਾ ਵੱਡੀ ਗਿਣਤੀ 'ਚ ਨੇ? ਇੱਕ ਸੁਨੇਹਾ ਵੀ ਹੈ ਸਮਾਜ, ਅਸੀਂ ਆਲਣੇ ਬਹੁਤ ਲਾਏ ਨੇ ਜੀ, ਪੰਛੀ ਬਰੀਡਿੰਗ ਕਰ ਰਹੇ ਨੇ, ਜਿੰਨੇ ਸਾਡੇ ਜਿਹੜੇ ਕਿਸਾਨ ਦੇ ਮਿੱਤਰ ਪੰਛੀ ਨੇ, ਮਨੁੱਖ ਦੇ ਮਿੱਤਰ ਪੰਛੀ ਨੇਗੇ, ਚੁਗਲ, ਪੈਰਟ, ਬਹੁਤ ਸਾਰੀਆਂ ਪ੍ਰਜਾਤੀਆਂ ਨੇਗੀਆਂ ਜਿਹੜੀਆਂ ਚਿੜੀਆਂ ਨੇ, ਉਹਨਾਂ ਨੂੰ ਬਚਾਉਣ ਲਈ ਅਸੀਂ ਐਫਰਟ ਕਰ ਰਹੇ ਹਾਂ, ਆਲਣੇ ਲਗਾ ਰਹੇ ਹਾਂ ਅਸੀਂ ਵੱਡੀ ਤਾਦਾਦ ਦੇ ਵਿੱਚ, ਵੰਡ ਵੀ ਰਹੇ ਹਾਂ ਫਿਰ ਬਿਲਕੁਲ। ਮੇਰੀ ਕੋਈ NGO ਨਹੀਂ ਹੈਗੀ, ਮੇਰਾ ਨਿੱਜੀ ਮਿਸ਼ਨ ਆ, ਮੈਂ ਆਪਣੇ ਸੰਬੰਧ ਜੋ ਆਪਦੀ ਇਨਕਮ 'ਚੋਂ ਜਿਹੜੇ ਪੈਸੇ ਕੱਢ ਕੇ ਇਸ ਕਾਰਜ 'ਤੇ ਲਗਾਉਂਦਾ, ਪਿਛਲੇ 2-16 ਸਾਲ ਤੋਂ ਇਹ ਕਾਰਜ ਕਰ ਰਿਹਾ ਮੈਂ।